ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਗੱਲ ਕਰ ਰਹੇ ਹਾਂ ਕੈਨੇਡਾ ਦੇ ਵਰਕ ਪਰਮਿਟ ਬਾਰੇ, ਜਿਹੜਾ ਕਿ ਤੁਸੀਂ ਦੇਖਦੇ ਹੋ ਕਿ ਐਗਰੀਕਲਚਰ ਦੇ ਵਰਕ ਪਰਮਿਟ ਲੱਗ ਰਹੇ ਨੇ 2-2 ਸਾਲ ਦੇ। ਸੋ ਕਾਫੀ ਜ਼ਿਆਦਾ ਸਕਸੈਸ ਰੇਸ਼ੋ ਹੈ ਵੀਜ਼ਿਆਂ ਦਾ। ਸੋ ਸਾਡੇ ਨਾਲ ਗੁਰਪ੍ਰੀਤ ਜੀ ਨੇ, ਇਹਨਾਂ ਦਾ ਵੀ ਜਿਹੜਾ ਕੀ ਹੈ 2 ਸਾਲ ਦਾ ਵਰਕ ਵੀਜ਼ਾ ਲੱਗ ਗਿਆ, ਜਿਹੜਾ ਕਿ ਐਗਰੀਕਲਚਰ ਨੂੰ ਬਿਲੋਂਗ ਕਰਦਾ ਵਾ। ਸੋ ਇਹਨਾਂ ਦੀ ਬੈਕਗਰਾਉਂਡ ਵੀ ਐਗਰੀਕਲਚਰ ਵਾਲੀ ਸੀਗੀ। ਸੋ ਫਸਟ ਟਾਈਮ ਇਹਨਾਂ ਨੇ ਸਾਡੇ ਕੋਲ ਅਪਲਾਈ ਕੀਤਾ ਸੀਗਾ। ਸੋ ਜਿਹੜੀ ਪੇਮੈਂਟ ਹੈ ਉਹ ਵੀ ਅਸੀਂ ਵੀਜ਼ਾ ਲੱਗਣ ਤੋਂ ਬਾਅਦ ਹੀ ਲੈਂਦੇ ਹੁੰਦੇ ਹਾਂ, ਅਤੇ ਤੁਸੀਂ ਵੀ ਸਾਡੇ ਕਾਫੀ ਵੀਜ਼ਾਸ ਦੇਖਦੇ ਹੋ ਕਿ ਜਿਹਦੇ ਵਿੱਚ ਅਸੀਂ ਪੇਮੈਂਟ ਮੋਸਟਲੀ ਅਸੀਂ ਵੀਜ਼ੇ ਤੋਂ ਬਾਅਦ ਹੀ ਲੈਂਦੇ ਹਾਂ। ਕੋਈ ਉਹ ਕੇਸ ਹੁੰਦਾ ਜਿਸ ਦੇ ਵਿੱਚ ਜਿਵੇਂ ਕਿ ਕਾਲਜ ਦੀ ਫੀਸ ਵਗੈਰਾ ਬੱਚੇ ਸਿੱਧਾ ਪੇ ਕਰ ਦਿੰਦੇ ਨੇ, ਅਦਰਵਾਈਜ਼ ਅਸੀਂ ਸਾਰੀ ਪੇਮੈਂਟ ਵੀਜ਼ੇ ਤੋਂ ਬਾਅਦ ਲੈਂਦੇ ਹਾਂ। ਇਹਦੇ ਵਿੱਚ ਖਾਸ ਗੱਲ ਕੀ ਹੈ ਕਿ ਜੇਕਰ ਤੁਸੀਂ ਖੇਤੀ ਨਹੀਂ ਵੀ ਕਰ ਰਹੇ, ਤੁਹਾਡੇ ਪੇਰੈਂਟਸ ਖੇਤੀ ਕਰ ਰਹੇ ਨੇ, ਜਾਂ ਜੇ ਫਾਰਮ ਉਹਨਾਂ ਦੇ ਨਾਮ 'ਤੇ ਨੇ, ਜਾਂ ਤੁਹਾਡੇ ਦਾਦਾ ਜੀ ਖੇਤੀ ਕਰ ਰਹੇ ਨੇ, ਤੁਹਾਡੀ ਉਮਰ 20 ਸਾਲ ਤੋਂ ਲੈ ਕੇ ਆਪਣਾ 40-45-50 ਸਾਲ ਦੇ ਵਿੱਚ ਵਿੱਚ ਹੈਗੀ ਆ, ਤੁਸੀਂ ਸਾਡੇ ਕੋਲ ਆਪਣਾ ਕੇਸ ਅਪਲਾਈ ਕਰ ਸਕਦੇ ਹੋ। ਬਟ ਸ਼ਰਤ ਇਹ ਆ ਕਿ ਤੁਸੀਂ ਫਸਟ ਟਾਈਮ ਅਪਲਾਈ ਕਰਨਾ, ਰਿਫਿਊਜ਼ਲ ਕੇਸ ਅਸੀਂ ਅਕਸੈਪਟ ਨਹੀਂ ਕਰਦੇ। ਜੇ ITRs ਨਹੀਂ ਵੀ ਹੈਗੀਆਂ ਤਾਂ ਵੀ ਕੋਈ ਇਸ਼ੂ ਨਹੀਂ ਹੈਗਾ, ਜੇ ਫਾਰਮ ਵੀ ਨਹੀਂ ਹੈਗੇ ਕੋਈ ਦਿੱਕਤ ਨਹੀਂ, ਜੇ ਤੁਹਾਡੇ ਕੋਲ ਜ਼ਮੀਨ ਵੀ ਨਹੀਂ ਹੈਗੀ ਤਾਂ ਵੀ ਕੋਈ ਗੱਲ ਨਹੀਂ। ਆਪਾਂ ਐਕਸਪੀਰੀਅੰਸ ਲੈਟਰ ਕਿਸੇ ਹੋਰ ਤੋਂ ਬਣਵਾ ਕੇ ਤੁਹਾਡੀ ਫਾਈਲ ਨੂੰ ਪ੍ਰੋਸੈਸ ਕਰਕੇ LMIA ਦੇ ਥਰੂ ਤੁਹਾਡਾ ਵੀਜ਼ਾ ਕਢਵਾ ਕੇ ਦੇਵਾਂਗੇ 1 ਮਹੀਨੇ ਦੇ ਵਿੱਚ ਵਿੱਚ। ਸੋ ਜੇਕਰ ਤੁਸੀਂ ਹੋਰ ਕੋਈ ਜਾਣਕਾਰੀ ਲੈਣੀ ਹੁੰਦੀ ਹੈ ਸਾਡੇ ਆਫਿਸ ਆ ਕੇ ਤੁਸੀਂ ਸਾਨੂੰ ਮਿਲ ਸਕਦੇ ਹੋ। ਅਤੇ ਆਹ ਲਓ ਜੀ ਤੁਹਾਡਾ ਜਿਹੜਾ ਵੀਜ਼ਾ ਆਇਆ, ਅਤੇ ਕਿੱਦਾਂ ਫੀਲ ਹੋ ਰਿਹਾ ਜੀ ਤੁਹਾਨੂੰ? ਖੁਸ਼ ਹੋ ਹੁਣ ਤਾਂ ਜੀ ਤੁਸੀਂ? ਬਹੁਤ ਵਧੀਆ ਜੀ। ਅਤੇ ਹਾਂਜੀ ਹਾਂ, ਅਤੇ ਜੇਕਰ ਤੁਸੀਂ ਵੀਜ਼ਾ ਲਵਾਉਣਾ ਹੈ ਸਾਨੂੰ ਕਾਲ ਕਰ ਲਿਓ। ਥੈਂਕ ਯੂ।